ਆਮ ਆਦਮੀ ਪਾਰਟੀ ਦੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਜੀਪੀ ਸਿੰਘ ਦਾ ਵਿਰੋਧ ਕਰਨ ਵਾਲੇ ਤੇ ਹੁਣ ਜਾਨਲੇਵਾ ਹਮਲਾ ਹੋਇਆ ਤਾਂ ਦੱਸ ਦਈਏ ਕਿ ਅਮਲੋਹ ਦੇ ਪਿੰਡ ਧਰਮਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਪੀ ਸਿੰਘ ਦਾ ਕੁਝ ਨੌਜਵਾਨਾਂ ਦੇ ਵੱਲੋਂ ਚੱਲਦੇ ਪ੍ਰੋਗਰਾਮ ਦੇ ਵਿੱਚ ਵਿਰੋਧ ਕੀਤਾ ਗਿਆ ਸੀ। ਹਾਲਾਂਕਿ ਹੁਣ ਉਸ ਨੌਜਵਾਨ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜਦੋਂ ਉਹ ਰਾਤ ਦੇ ਸਮੇਂ ਘਰ ਦੇ ਬਾਹਰ ਆਪਣੇ ਸੈਰ ਕਰ ਰਿਹਾ ਸੀ ਤਾਂ ਅਚਾਨਕ ਹੀ ਇੱਕ i20 ਕਾਰ ਦੇ ਵਿੱਚ ਸਵਾਰ ਹੋ ਕੇ ਕੁਝ ਹਮਲਾਵਰ ਆਉਂਦੇ ਨੇ, ਲਾਠੀ ਡੰਡਿਆਂ ਦੇ ਨਾਲ ਉਸ ਨੂੰ ਕੁੱਟਿਆ ਜਾਂਦਾ। ਹਾਲਾਂਕਿ ਉਹਨਾਂ ਦੇ ਵੱਲੋਂ ਪਿਸਤੌਲ ਵੀ ਉਸਦੇ ਉੱਤੇ ਤਾਣੀ ਜਾਂਦੀ ਹੈ, ਪਰ ਚੰਗੀ ਕਿਸਮਤ ਕਾਰਨ ਕਿਹਾ ਜਾ ਰਿਹਾ ਕਿ ਪਿਸਤੌਲ ਐਨ ਟਾਈਮ 'ਤੇ ਜਾਮ ਹੋ ਜਾਂਦੀ ਹੈ, ਜਿਸ ਦੇ ਕਾਰਨ ਗੋਲੀ ਨਹੀਂ ਚੱਲਦੀ ਅਤੇ ਉਹ ਉੱਥੋਂ ਭੱਜ ਕੇ ਆਪਣੀ ਜਾਨ ਬਚਾਉਂਦਾ। ਤਾਂ ਦੱਸ ਦਈਏ ਕਿ ਬੀਤੇ ਦਿਨਾਂ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਪੀ ਸਿੰਘ ਚੋਣ ਪ੍ਰਚਾਰ ਕਰਨ ਦੇ ਲਈ ਪਿੰਡ ਧਰਮਗੜ੍ਹ ਦੇ ਵਿੱਚ ਪਹੁੰਚੇ ਸੀ। ਇਸ ਦੌਰਾਨ ਕੁਝ ਨੌਜਵਾਨਾਂ ਦੇ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਉਹਨਾਂ ਦੇ ਚੱਲਦੇ ਪ੍ਰੋਗਰਾਮ ਦੇ ਵਿੱਚ ਕੀਤਾ ਜਾ ਰਿਹਾ ਸੀ, ਪਰ ਐਨ ਰਾਤ ਨੂੰ ਉਸ ਨੌਜਵਾਨ ਦੇ ਉੱਤੇ ਹਮਲਾ ਹੋ ਜਾਂਦਾ ਅਤੇ ਹੁਣ ਉਸ ਨੌਜਵਾਨ ਦੇ ਵੱਲੋਂ ਜੋ ਹੈ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਹਾਲਾਂਕਿ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਚੋਣ ਪ੍ਰਚਾਰ ਚੱਲ ਰਿਹਾ ਅਤੇ ਇਸ ਦੌਰਾਨ ਕੁਝ ਨੌਜਵਾਨ ਸ਼ਾਂਤਮਈ ਤਰੀਕੇ ਦੇ ਨਾਲ ਕਾਲੀਆਂ ਝੰਡੀਆਂ ਲੈ ਕੇ ਖੜ੍ਹੇ ਨੇ, ਪਰ ਕਿਹਾ ਜਾ ਰਿਹਾ ਕਿ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਦੇ ਉੱਤੇ ਰਾਤ ਦੇ ਸਮੇਂ ਅਚਾਨਕ ਹੀ ਹਮਲਾ ਹੋ ਜਾਂਦਾ, ਜਾਨ ਤੋਂ ਉਸਨੂੰ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਅਤੇ ਹੁਣ ਉਸਦੇ ਵੱਲੋਂ ਪੁਲਿਸ ਨੂੰ ਵੀ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਤਾਂ ਦੱਸ ਦਈਏ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਕਰਨਾ ਇੱਕ ਨੌਜਵਾਨ ਨੂੰ ਮਹਿੰਗਾ ਪੈ ਗਿਆ, ਉਸਦੇ ਉੱਤੇ ਰਾਤ ਨੂੰ ਜਾਨਲੇਵਾ ਹਮਲਾ ਹੋਇਆ। ਸ਼ਾਮ ਜੋ ਮੇਰੇ 'ਤੇ ਹਮਲਾ ਹੋਇਆ, ਮੈਂ ਉਸ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ। ਅਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਸੀ ਬਿਕੋਜ਼ ਉਹਨਾਂ ਦੇ ਸਾਡੇ ਨਾਲ ਕੁਛ ਪਰਸਨਲ ਇਸ਼ੂ ਸੀਗੇ, ਉਹਨਾਂ ਨੇ ਸਾਡੇ ਨਾਲ ਬਹੁਤ ਧੱਕਾ ਕੀਤਾ। ਉਸ ਤੋਂ ਬਾਅਦ ਕੁਝ ਅਣਪਛਾਤੇ ਲੋਕਾਂ ਨੇ ਉਹਨਾਂ ਦੇ ਮੂੰਹ ਬੰਨੇ ਵੀ, ਉਹਨਾਂ ਦੇ ਕੋਲ i20 ਗੱਡੀ ਨੰਬਰ ਪਲੇਟਾਂ ਉਹਨਾਂ ਦੀਆਂ ਕਵਰਤੀਆਂ। ਜਦੋਂ ਮੈਂ ਸ਼ਾਮ ਨੂੰ ਖਾਣਾ ਖਾ ਕੇ ਇਹ ਪਿੰਡ ਤੋਂ ਸ਼ਹਿਰ ਕਰਨ ਨੂੰ ਪਿੰਡ ਤੋਂ ਬਾਹਰ ਜਾ ਰਿਹਾ ਸੀ ਅਤੇ ਐਂਟਰੀ ਪੁਆਇੰਟ ਤੋਂ ਦੁਬਾਰਾ ਪਿੰਡ ਕਿੰਨੀ ਨੂੰ ਮੁੜ ਰਿਹਾ ਸੀ ਤਾਂ ਉਹ ਗੱਡੀ ਵਿੱਚ ਆਏ ਅਤੇ ਉਹਨਾਂ ਨੇ ਮੇਰੇ 'ਤੇ ਬੇਸਬੋਲ ਬੱਲੇ ਲੈ ਕੇ ਹਮਲਾ ਕੀਤਾ, ਪਰੰਤੂ ਮੈਂ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਇੱਕ ਜਣੇ ਨੂੰ ਮੈਂ ਧੱਕਾ ਮਾਰ ਕੇ ਗੇਰ ਦਿੱਤਾ ਅਤੇ ਉਸ ਤੋਂ ਬਾਅਦ ਇੱਕ ਉਹਨਾਂ ਵਿੱਚੋਂ ਮੋਨਾ ਅਤੇ ਲੰਬੇ ਜਿਹੇ ਇਨਸਾਨ ਨੇ ਇਹ ਕਿਹਾ ਵੀ ਇਹਨੂੰ ਸੈੱਟ ਕਰ ਦਿਆ, ਪਿਸਟਲ ਆਪਦਾ ਸਿਲਵਰ ਕਲਰ ਦਾ ਪਿਸਟਲ ਕੱਢਿਆ ਅਤੇ ਮੇਰੇ 'ਤੇ ਫਾਇਰ ਕਰਨ ਲੱਗਿਆ। ਪਰੰਤੂ ਮੇਰੀ ਲੱਕੀ ਰਹੀ, ਕਿਸਮਤ ਲੱਕੀ ਰਹੀ, ਉਹ ਪਿਸਟਲ ਮੌਕੇ 'ਤੇ ਜਾਮ ਹੋ ਗਿਆ ਅਤੇ ਮੈਂ ਉੱਥੋਂ ਬਚਣ 'ਚ ਭੱਜਣ 'ਚ ਕਾਮਯਾਬ ਹੋ ਗਿਆ। ਚੋਟਾਂ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਕਿੰਨਾ ਮੇਰੇ ਨਾਲ ਹੋ ਗਿਆ। ਅਗਰ ਮੈਂ ਨਾ ਭੱਜਦਾ ਤਾਂ ਮੈਨੂੰ ਮਾਰ ਜ਼ਰੂਰ ਦਿੰਦੇ, ਮੈਨੂੰ ਇੰਨਾ ਤਾਂ ਜ਼ਰੂਰ ਪਤਾ ਸੀ ਵੀ ਮੈਂ ਬਚਦਾ ਨਹੀਂ। ਪਾਰਲੀਮੈਂਟ ਦੀਆਂ ਚੋਣਾਂ ਨੂੰ ਲੈ ਕੇ ਅੱਜ ਸਾਰੀਆਂ ਪਾਰਟੀਆਂ ਦੀ ਜਿਹੜੀ ਅਸਲੀਅਤ ਹੈ ਉਹ ਸਾਹਮਣੇ ਆ ਰਹੀ ਹੈ, ਜਿਨ੍ਹਾਂ ਦੇ ਵਿੱਚ ਚਾਹੇ ਪੰਜਾਬ ਦੇ ਵਿੱਚ ਰਾਜ ਕਰਨ ਵਾਲੀ ਪਾਰਟੀ ਹੈਗੀ ਹੈ, ਚਾਹੇ ਦਿੱਲੀ ਦੇ ਵਿੱਚ ਰਾਜ ਕਰਨ ਵਾਲੀ ਪਾਰਟੀ ਹੈਗੀ ਹੈ। ਅੱਜ ਲੋਕਾਂ ਨੂੰ ਜਦੋਂ ਕੋਈ ਨੁਮਾਇੰਦਾ ਲੋਕਾਂ ਦੇ ਵਿੱਚ ਜਾਂਦਾ ਹੈਗਾ ਤਾਂ ਉਸ ਨੇ ਦੱਸਣਾ ਹੁੰਦਾ ਕਿ ਉਹਦਾ ਇਲੈਕਸ਼ਨ ਲੜਨ ਪਿੱਛੇ ਮਕਸਦ ਕੀ ਹੈਗਾ, ਉਹ ਲੋਕਾਂ ਲਈ ਕੀ ਕਰੂਗਾ। ਔਰ ਜਿਹੜੇ ਲੋਕ ਅੱਜ ਸਰਕਾਰ ਦੇ ਵਿੱਚ ਹੈਗੇ ਆ ਜਾਂ ਸਰਕਾਰ ਦੇ ਭਾਗੀਦਾਰ ਹੈਗੇ ਆ, ਉਹਨਾਂ ਨੂੰ ਲੋਕ ਇਸ ਕਰਕੇ ਸਵਾਲ ਖੜੇ ਕਰਦੇ ਹੈਗੇ ਆ ਕਿ ਪਿਛਲੇ ਟਾਈਮਾਂ ਦੇ ਵਿੱਚ ਚਾਹੇ ਜਾਤੀ ਰੰਜਿਸ਼ਾਂ ਦੇ ਤਹਿਤ, ਚਾਹੇ ਉਹ ਜਿਹੜਾ ਹੈਗਾ ਪੋਲੀਟੀਕਲ ਤੌਰ 'ਤੇ ਜਿਸ ਤਰ੍ਹਾਂ ਮਿਊਂਸੀਪਲ ਕਮੇਟੀ ਜਾਂ ਸਰਪੰਚੀ ਦੀਆਂ ਇਲੈਕਸ਼ਨਾਂ ਦੇ ਵਿੱਚ ਜੋ ਧਾਂਦਲੀਆਂ ਹੋ ਰਹੀਆਂ ਹੈਗੀਆਂ, ਜਦੋਂ ਉਹਨਾਂ ਦੇ ਰਿਗਾਰਡਿੰਗ ਲੋਕ ਕੁਐਸਚਨ ਕਰਦੇ ਹੈਗੇ ਆ,
ਤਾਂ ਉਹਨਾਂ ਦੇ ਉੱਤੇ ਬਦਮਾਸ਼ੀ ਤੇ ਉਤਰਨ ਵਾਲੀ ਗੱਲ ਜਿਹੜੀ ਹੈਗੀ ਹੈ ਸ਼ੁਰੂ ਹੋਈ ਵੀ ਹੈ। ਸਾਡੇ ਆਮਲੋਹ ਦੇ ਵਿੱਚ, ਧਰਮਗੜ੍ਹ ਦੇ ਵਿੱਚ ਕੁਛ ਲੋਕਾਂ ਨੇ ਜੀ ਪੀ ਸਾਹਿਬ ਨੂੰ ਕੁਛ ਕੁਐਸਚਨ ਕੀਤੇ ਕਿ ਸਾਨੂੰ ਦੱਸੋ ਕਿ ਅੱਜ ਜਿਹੜੀ ਹੈਗੀ ਆ ਇਲੈਕਸ਼ਨ ਦੇ ਵਿੱਚ, ਪਰ ਉਹਨਾਂ ਦੇ ਜਵਾਬ ਦੇਣ ਦੀ ਬਜਾਏ ਉਹਨਾਂ ਨੂੰ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਉਹ ਬੰਦਾ ਦਾਖਲ ਹੈਗਾ ਉਹਨੂੰ ਕਿਵੇਂ ਕੁੱਟਿਆ ਮਾਰਿਆ ਗਿਆ, ਕਿਸ ਤਰ੍ਹਾਂ ਉਹਦੇ ਉੱਤੇ ਹਮਲਾ ਕੀਤਾ ਗਿਆ। ਇਸੇ ਤਰ੍ਹਾਂ ਜਿਹੜਾ ਹੈਗਾ ਜਿਹੜੀ ਭਾਰਤ ਦੀ ਪਾਰਟੀ ਅੱਜ ਪਾਵਰ ਦੇ ਵਿੱਚ ਸੀ ਪਿਛਲੇ ਟਾਈਮ ਦੇ ਵਿੱਚ, ਜਦੋਂ ਉਹਨਾਂ ਨੂੰ ਕਿਸਾਨ ਜਿਹੜੇ ਹੈਗੇ ਆ ਸਵਾਲ ਕਰਦੇ ਹੈਗੇ ਆ, ਤਾਂ ਉਹ ਪੰਜਾਬ ਦੀ ਜਿਹੜੀ ਧਿਰ ਹੈਗੀ ਹੈ ਆਮ ਆਦਮੀ ਪਾਰਟੀ ਉਹਦੇ ਨਾਲ ਰਲ ਕੇ ਕਿਸ ਤਰ੍ਹਾਂ ਪੁਲਿਸ ਦੇ ਰਾਹੀਂ ਉਹਨਾਂ ਦੇ ਉੱਤੇ ਤਸ਼ੱਦਦ ਕਰਦੇ ਆ, ਕਿਵੇਂ ਉਹਨਾਂ ਲੋਕਾਂ ਨੂੰ ਕੁੱਟਿਆ ਮਾਰਿਆ ਜਾਂਦਾ ਹੈਗਾ। ਮੈਨੂੰ ਲੱਗਦਾ ਕਿ ਲੋਕਤੰਤਰ ਦਾ ਇਹ ਦਿਵਾਲੀਆਪਣ ਹੈਗਾ, ਲੋਕਤੰਤਰ ਦਾ ਪੱਠਾ ਬੈਠਿਆ ਵਾ। ਔਰ ਨੰਬਰ 2 ਤੇ ਜਿਹੜੀ ਲਾਅ ਐਂਡ ਜਸਟਿਸ ਦੀ ਕੰਡੀਸ਼ਨ ਹੈਗੀ ਆ ਪੰਜਾਬ ਦੇ ਵਿੱਚ ਔਰ ਭਾਰਤ ਦੇ ਵਿੱਚ, ਇਹ ਬੁਰੇ ਤਰੀਕੇ ਦੇ ਨਾਲ ਅੱਜ ਜਿਹੜੀ ਹੈਗੀ ਆ ਟੁੱਟੀ ਪਈ ਹੈਗੀ ਆ। ਇਕੱਲੀ ਪੰਜਾਬ ਦੀ ਉਹ ਗੱਲ ਨਾ ਕਰੋ, ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਧਾਰਮਿਕ ਉਹਦੇ ਮੁੱਦਿਆਂ ਦੇ ਉੱਤੇ ਮੰਗਲ ਸੂਤਰ ਦੀ ਗੱਲ ਕਰਨ ਲੱਗ ਜਾਵੇ, ਮੁਸਲਮਾਨਾਂ ਦੇ ਖਿਲਾਫ ਬੋਲਣ ਲੱਗ ਜਾਵੇ, ਹਨੂੰਮਾਨ ਚਾਲੀਸਾ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੇਵੇ, ਔਰ ਇਸ ਦੇ ਉੱਤੇ ਲੋਕ ਜਦੋਂ ਖਫਾ ਹੋ ਕੇ ਕੁਐਸਚਨ ਪੁੱਛਦੇ ਹੈਗੇ ਆ, ਤਾਂ ਮੈਨੂੰ ਇਹ ਲੱਗਦਾ ਹੈਗਾ ਕਿ ਦਿਵਾਲੀਆਪਣ ਜਿਹੜਾ ਹੈਗਾ ਕਾਨੂੰਨ ਦਾ ਔਰ ਜਿਹੜਾ ਹੈਗਾ ਪਾਰਟੀਆਂ ਦਾ, ਇਹ ਲੋਕਾਂ ਦੇ ਸਾਹਮਣੇ ਆ ਰਿਹਾ। ਧਰਮਗੜ੍ਹ ਇਹ ਮੰਡੇ ਨੂੰ ਈਵਨਿੰਗ ਤਕਰੀਬਨ 8:30 ਵਜੇ ਇੱਕ ਲੜਾਈ ਦੇ ਸੰਬੰਧ ਵਿੱਚ ਸਾਨੂੰ ਆਈ ਸੀ ਕਿਤਲਾ, ਅਤੇ ਇਹ ਅਸੀਂ ਅਮਰੀਕ ਸਿੰਘ ਦੇ ਬਿਆਨ ਦੇ ਉੱਤੇ ਇੱਕ FIR ਲੌਜ ਕੀਤੀ ਹੈ, FIR ਨੰਬਰ 51 ਲੌਜ ਕੀਤੀ ਹੈ ਜੀ, ਅੰਡਰ ਸੈਕਸ਼ਨ 323, 341, 506, 34 IBC। ਲੜਾਈ ਸੀ ਜਾਂ ਹਮਲਾ ਹੋਇਆ ਸੀ? ਕਿਸੇ ਇਹ ਆਪਾਂ ਘੇਰ ਕੇ ਅਮਰੀਕ ਸਿੰਘ ਦੀ ਕੁੱਟਮਾਰ ਹੋਈ ਹੈਗੀ, ਅਤੇ ਉਹਦੇ ਬਿਆਨ ਦੇ ਹਿਸਾਬ ਨਾਲ ਅਸੀਂ FIR ਲੌਜ ਕੀਤੀ ਹੈ। ਉਹਦੇ ਬਿਆਨ ਦੇ ਮੁਤਾਬਕ ਇਹ ਅਨਨੋਨ ਪਰਸਨ ਸੀਗੇ 3, ਜੋ ਕਿ ਇੱਕ I-20 ਗੱਡੀ ਦੇ ਵਿੱਚ ਆਏ ਅਤੇ ਇਹਦੇ ਨਾਲ ਕੁੱਟਮਾਰ ਕਰਕੇ ਚਲੇ ਗਏ। ਕਿਸੇ ਸ਼ੱਕ ਜ਼ਾਹਿਰ ਕੀਤਾ ਅਮਰੀਕ ਸਿੰਘ ਨੇ? ਨਹੀਂ, ਸ਼ੱਕ ਜੀ ਉਹਨੇ ਕਿਸੇ ਦਿਨ ਜ਼ਾਹਿਰ ਕੀਤਾ, ਅਤੇ ਉਹਨੇ ਅਨਨੋਨ ਦੇ ਖਿਲਾਫ ਹੀ FIR ਲੌਂਚ ਕਰਨੀ ਸੀ। ਉਹ ਜੇ ਤਫਤੀਸ਼ ਜਾਰੀ ਹੈਗੀ, ਤਫਤੀਸ਼ ਦੇ ਵਿੱਚ ਜਦੋਂ ਟਰੇਸ ਹੋ ਗਏ ਤਾਂ ਉਸ ਤੋਂ ਬਾਅਦ ਫਿਰ ਅਗਲੀ ਕਾਰਵਾਈ ਜਿਹੜੀ ਅਗਲੀ ਹੈਗੀ ਬਣਦੀ ਉਹ ਮੁੱਚ ਲਿਆਂਦੀ ਜਾਊਗੀ। ਅਮਰੀਕ ਸਿੰਘ ਨੇ ਇੱਕ ਵਿਰੋਧ ਕੀਤਾ ਸੀਗਾ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ, ਉਸ ਤੋਂ ਬਾਅਦ ਉਹਨੂੰ ਥਾਣੇ ਵੀ ਲੈਣਾ ਗਿਆ ਸੀਗਾ, ਉਹਦੇ ਬਾਰੇ ਤੁਸੀਂ ਕੀ ਕਹਿੰਦੇ? ਉਹ ਸਾਡੀ ਸਿਕਿਉਰਿਟੀ ਡਿਊਟੀ ਹੁੰਦੀ ਹੈ ਜੀ, ਉਹ ਅਸੀਂ ਆਪਣੇ ਸਾਡਾ ਹਰੇਕ ਨੂੰ ਕੋਈ ਵੀ ਪਾਰਟੀ ਹੈ ਇਲੈਕਸ਼ਨ ਦੇ ਦੌਰਾਨ ਅਸੀਂ ਹਰੇਕ ਨੂੰ ਸਿਕਿਉਰਿਟੀ ਹੈ ਜਿਹੜੀ ਉਹ ਪ੍ਰੋਵਾਈਡ ਕਰਨੀ ਹੈ, ਸਿਕਿਉਰਿਟੀ ਤੋਂ ਬਿਨਾਂ ਹੋਰ ਸਾਡਾ ਕੋਈ ਨਹੀਂ ਹੈ।